ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਪਰਮਿੰਦਰ ਸਿੰਘ ਮਨਿਆਸ। ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਹਿਤ ਟੀਵੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਅਤੇ ਦੁਨੀਆ ਭਰ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ, ਜਿਨ੍ਹਾਂ ਵਿੱਚ ਸਭ ਤੋਂ ਉੱਪਰ ਹੈ ਕੋਰੋਨਾ ਵਾਇਰਸ, ਜੋ ਕਿ ਇੱਕ ਬਹੁਤ ਡੈਡਲੀ ਵਾਇਰਸ ਹੈ, ਜੋ ਕਿ ਚਾਈਨਾ ਦੇ ਸ਼ਹਿਰ ਵਹਾਂਗ ਵਿੱਚ ਸ਼ੁਰੂ ਹੋਇਆ ਹੈ, ਜਿਸ ਨੂੰ ਲੈ ਕੇ ਪੂਰੀ ਦੁਨੀਆ ਦੀ ਸਰਕਾਰਾਂ ਹਾਈ ਅਲਰਟ ਵਿੱਚ ਨੇ, ਕਿਉਂਕਿ ਕੋਰੋਨਾ ਵਾਇਰਸ ਇੱਕ ਅਜਿਹਾ ਵਾਇਰਸ ਹੈ ਜੋ ਕਿ ਜਦੋਂ ਵੀ ਇਸਨੂੰ ਐਂਟੀਟਿਊਡ ਬਣਾਇਆ ਜਾਂਦਾ ਹੈ ਤਾਂ ਇਹ ਆਪਣੇ ਵਾਇਰਸਾਂ ਨੂੰ ਚੇਂਜ ਕਰ ਲੈਂਦਾ ਹੈ, ਜਾਣੀ ਕਿ ਤੁਸੀਂ ਇਸਨੂੰ ਇੱਕ ਤਰ੍ਹਾਂ ਦੇ ਜਰਮਸ ਵੀ ਸਮਝ ਸਕਦੇ ਹੋ। ਸਾਇੰਟਿਸਟਾਂ ਨੇ ਫਾਊਂਡ ਕੀਤਾ ਹੈ ਕਿ ਇਹ ਵਾਇਰਸ ਬੈਕਟੀਰੀਆ ਫੋਰਮ ਵਿੱਚ ਪਹਿਲਾਂ ਚਮਗਾਦੜਾਂ ਵਿੱਚ ਹੁੰਦਾ ਹੈ, ਉਸ ਤੋਂ ਬਾਅਦ ਚਮਗਾਦੜਾਂ ਤੋਂ ਸੱਪਾਂ 'ਚ ਅਤੇ ਸੱਪਾਂ ਤੋਂ ਬਾਅਦ ਇਨਸਾਨਾਂ ਵਿੱਚ ਹੁੰਦਾ ਹੈ। ਚਮਗਾਦੜਾਂ ਦਾ ਸੂਬ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਵੁਹਾਂਗ ਸ਼ਹਿਰ ਵਿੱਚ, ਜੋ ਕਿ ਚਾਈਨਾ ਦਾ ਪ੍ਰਾਂਤ ਹੈ, ਜਿਸ ਨੂੰ ਲੋਕ ਬਹੁਤ ਜ਼ਿਆਦਾ ਪੀਣ ਦੇ ਸ਼ੌਕੀਨ ਰੱਖਦੇ ਨੇ। ਅਤੇ ਸਾਇੰਟਿਸਟ ਚਾਈਨਾ ਦੇ ਇਹ ਮੰਨਦੇ ਨੇ ਕਿ ਇਹ ਵਾਇਰਸ ਸਿਰਫ ਚਮਗਾਦੜਾਂ ਵਿੱਚ ਫਾਊਂਡ ਕੀਤਾ ਗਿਆ ਹੈ ਅਤੇ ਇਹਨਾਂ 'ਚੋਂ ਹੀ ਇਹ ਅੱਗੇ ਸੱਪਾਂ ਦੇ ਅਤੇ ਫਿਰ ਹਿਊਮਨ ਬੋਡੀ ਵਿੱਚ ਟ੍ਰਾਂਸਫਰ ਹੋਇਆ ਹੈ, ਜਿਸ ਵਿੱਚ ਲੈ ਕੇ ਹਜੇ ਤੱਕ 30 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਇਸ ਚੀਜ਼ ਨੂੰ ਲੈ ਕੇ ਥਾਈਲੈਂਡ ਅਤੇ ਵੀਅਤਨਾਮ ਵਿੱਚ ਵੀ ਕੁਝ ਕੇਸਿਸ ਫਾਊਂਡ ਹੋਏ ਨੇ। ਇਸ ਤੋਂ ਕਿੱਦਾਂ ਬਚਿਆ ਜਾ ਸਕਦਾ ਦੋਸਤੋ? ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਹਜੇ ਤੱਕ ਇਸਦਾ ਕੋਈ ਵੀ ਐਂਟੀਡੋਟ ਨਹੀਂ ਬਣਿਆ, ਇਸ ਲਈ ਤੁਸੀਂ ਆਪ ਹੀ ਖੁਦ ਸਾਵਧਾਨ ਹੋ ਕੇ ਰਹੋ ਤਾਂ ਕਿ ਤੁਹਾਨੂੰ ਇਹ ਡੈਡਲੀ ਵਾਇਰਸ ਨਾ ਹੋ ਸਕੇ। ਚਾਈਨਾ ਤੋਂ ਜੋ ਵੀ ਵਾਪਸ ਭਾਰਤ ਨੂੰ ਵਾਪਸ ਆ ਰਹੇ ਨੇ ਸੈਲਾਨੀ, ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਏਅਰਪੋਰਟਾਂ ਉੱਤੇ। ਚਾਈਨਾ ਨੇ ਆਪਣਾ ਪੂਰਾ ਵੁਹਾਂਗ ਸ਼ਹਿਰ ਨੂੰ ਹੀ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰਾ ਟ੍ਰਾਂਸਪੋਰਟੇਸ਼ਨ ਬੰਦ ਕਰ ਦਿੱਤਾ ਗਿਆ ਹੈ। ਚਾਈਨਾ ਵਿੱਚ ਹੁਣ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ, ਜਿਸ ਕਰਕੇ ਲੋਕ ਬਾਹਰਲੇ ਦੇਸ਼ਾਂ ਵਿੱਚ ਟਰੈਵਲ ਕਰਨਾ ਸ਼ੁਰੂ ਕਰਨਾ ਚਾਹੁੰਦੇ ਸਨ, ਜਿਸ ਨੂੰ ਲੈ ਕੇ ਚਾਈਨਾ ਨੇ ਇੱਕ ਕੜਾ ਰੁੱਖ, ਇੱਕ ਖਾਸ ਨੀਤੀ ਦੇ ਅਧੀਨ ਚਾਈਨਾ ਦੇ ਲੋਕਾਂ ਨੂੰ ਚਾਈਨਾ ਵਿੱਚ ਹੀ ਬਲੌਕ ਕਰ ਦਿੱਤਾ ਗਿਆ ਹੈ ਤਾਂ ਕਿ ਇਹ ਬਿਮਾਰੀ ਕਿਤੇ ਚਾਈਨਾ ਤੋਂ ਜ਼ਿਆਦਾ ਬਾਹਰ ਨਾ ਜਾ ਸਕੇ। ਆਈਐਲਯੂ ਕੇਜਰੀਵਾਲ ਲਿਖਣ 'ਤੇ ਭੁਗਤਣਾ ਪਿਆ 10,000 ਦਾ ਚਲਾਨ ਇੱਕ ਟੈਕਸੀ ਡਰਾਈਵਰ ਨੂੰ। ਕੀ ਹੈ ਮਾਜਰਾ? ਦਿੱਲੀ ਭਾਰਤ ਦੀ ਰਾਜਧਾਨੀ, ਜਿੱਥੇ ਚੱਲ ਰਹੇ ਨੇ ਇਲੈਕਸ਼ਨ, ਜੋ ਕਿ ਅਗਲੇ ਮਹੀਨੇ ਫਰਵਰੀ ਦੇ 8 ਤਰੀਕ ਨੂੰ ਸ਼ੁਰੂ ਹੋਣ ਜਾ ਰਹੇ ਨੇ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ BJP ਨੇ ਆਪਣੀ ਕਮਰਾਂ ਕੱਸ ਲਈਆਂ ਨੇ। ਉਸ ਵਿੱਚ ਇੱਕ ਇੱਦਾਂ ਦੀ ਨਿਊਜ਼ ਹੋਣੀ ਜਿੱਥੇ ਕਿ ਇੱਕ ਚਲਾਨ ਕੱਟ ਦਿੱਤਾ ਜਾਵੇ ਇੱਕ ਟੈਕਸੀ ਡਰਾਈਵਰ ਦਾ, ਸਿਰਫ ਇੱਕ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਨਾਂ ਲਿਖਣ 'ਤੇ, ਉਹਨੇ ਨਾਂ ਲਿਖਣ 'ਤੇ ਇੱਕ ਆਟੋ ਚਾਲਕ ਦਾ ਟ੍ਰੈਫਿਕ ਪੁਲਿਸ ਨੇ ਚਲਾਨ ਕਰ ਦਿੱਤਾ, ਜਿਸ ਨੂੰ ਲੈ ਕੇ ਆਟੋ ਚਾਲਕ ਨੇ ਪਟੀਸ਼ਨ ਦਰਜ ਕੀਤੀ ਹੈ ਹਾਈਕੋਰਟ ਵਿੱਚ, ਦਿੱਲੀ ਹਾਈਕੋਰਟ ਦੇ ਵਿੱਚ, ਜਿੱਥੇ ਦਿੱਲੀ ਹਾਈਕੋਰਟ ਨੇ ਆਪਣੇ ਸਰਕਾਰੀ ਵਕੀਲ ਨੂੰ ਕਿਹਾ ਹੈ ਕਿ ਜੇ ਉਹ ਮਾਜਰਾ ਹੈ ਉਸ ਨੂੰ ਇੱਕ ਪੂਰੀ ਫਾਈਲ ਸੌਂਪੀ ਜਾਵੇ, ਜਿਸ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਆਪਣਾ ਨੋਟਿਸ ਜਾਰੀ ਕੀਤਾ ਹੈ। ਦੋਸਤੋ, ਜੇਕਰ ਤੁਸੀਂ ਆਸਟ੍ਰੇਲੀਆ, ਕੈਨੇਡਾ ਜਾਣ ਦੇ ਸ਼ੌਕੀਨ ਹੋ, ਜਾਂ ਫਿਰ ਜਾਣਾ ਚਾਹੁੰਦੇ ਹੋ, ਜਾਂ ਫਿਰ ਉੱਥੇ ਜਾ ਕੇ PR ਪਾਉਣਾ ਚਾਹੁੰਦੇ ਹੋ ਅਤੇ ਭਾਰਤ ਵਿੱਚ ਖਾਸ ਪੰਜਾਬ 'ਚ ਰਹਿੰਦੇ ਹੋ, ਤਾਂ ਕਾਨੂੰਨ ਨੂੰ ਤੋੜਨਾ ਜਾਂ ਫਿਰ ਉਸਨੂੰ ਹੱਥ ਵਿੱਚ ਲੈਣਾ ਥੱਲ ਨੂੰ ਪੈ ਸਕਦਾ ਮਹਿੰਗਾ, ਕਿਉਂਕਿ ਆਸਟ੍ਰੇਲੀਆ ਅਤੇ ਕੈਨੇਡੀਅਨ ਸਰਕਾਰ ਨੇ ਭਾਰਤ ਦੇ ਪੰਜਾਬ ਪੁਲਿਸ ਤੋਂ ਇੱਕ ਡਾਟਾਬੇਸ ਮੰਗਿਆ, ਜਿਸ ਵਿੱਚ ਜੋ ਲੋਕ ਟ੍ਰੈਫਿਕ ਸਿਗਨਲ ਜਾਂ ਫਿਰ ਟ੍ਰੈਫਿਕ ਦੀ ਵਾਇਲੈਂਸ ਕਰਦੇ ਨੇ, ਉਹਨਾਂ ਲੋਕਾਂ ਦੀ ਡਿਟੇਲ ਮੰਗੀ ਗਈ ਹੈ ਅਤੇ ਉਹਨਾਂ ਨੂੰ ਉਸ ਹੀ ਆਧਾਰ 'ਤੇ ਆਸਟ੍ਰੇਲੀਆ ਅਤੇ ਕੈਨੇਡਾ ਲੌਂਗ ਟਰਮ ਵੀਜ਼ਾ ਅਤੇ PR ਪ੍ਰੋਵਾਈਡ ਕਰਨਗੇ। ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਲੈ ਕੇ ਭਾਰਤ ਵਿੱਚ ਵੀ ਹਾਲੇ ਤੱਕ ਪ੍ਰੋਟੈਸਟ ਰੁਕ ਨਹੀਂ ਰਿਹਾ ਸੀ, ਜਿੱਥੇ ਕਿ ਹੁਣ ਯੂਰਪ ਯੂਨੀਅਨ ਵੱਲੋਂ ਵੀ ਇੱਕ ਬਿਆਨ ਆਇਆ ਹੈ ਕਿ ਉੱਥੋਂ ਵੀ ਇੱਕ ਉਹਨਾਂ ਨੇ ਮਤਾ ਪਾਸ ਕੀਤਾ ਹੈ, ਜਿਸ ਵਿੱਚ ਭਾਰਤ ਨੇ ਜੋ ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਪਾਸ ਕੀਤਾ ਹੈ ਉਸਨੂੰ ਰੋਕਣ ਲਈ ਅਤੇ ਉਸਨੂੰ ਖਾਰਜ ਕਰਨ ਲਈ ਭਾਰਤ ਉੱਤੇ ਦਬਾਅ ਬਣਾਇਆ ਜਾਏਗਾ ਯੂਰਪ ਯੂਨੀਅਨ ਵੱਲੋਂ। ਬਿਟਕੋਇਨ, ਦੋਸਤੋ ਤੁਹਾਨੂੰ ਪਤਾ ਹੈ ਭਾਰਤ ਵਿੱਚ ਬਿਟਕੋਇਨ ਨੂੰ ਬੈਨ ਕਰ ਦਿੱਤਾ ਗਿਆ, ਪਰ ਇੰਟਰਨੈਸ਼ਨਲ ਲੈਵਲ 'ਤੇ ਜੇ ਗੱਲ ਕਰੀਏ ਤਾਂ ਬਿਟਕੋਇਨ ਦੇ ਨਵੇਂ ਸਾਲ ਦੇ ਉੱਤੇ ਹੀ 2% ਇਨਕਰੀਮੈਂਟ ਦੇਖਿਆ ਗਿਆ ਹੈ, ਜਿਸ ਨੂੰ ਲੈ ਕੇ ਜੋ ਬਿਟਕੋਇਨ ਸੇਲ ਅਤੇ ਜੋ ਡਿਪੋਜ਼ਿਟ ਕਰਦੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ, ਕਿਉਂਕਿ ਬਿਟਕੋਇਨ ਜਦੋਂ ਵੀ ਵੱਧਦਾ ਹੈ ਤਾਂ ਉਹਨਾਂ ਦੇ ਆਟੋਮੈਟਿਕਲੀ ਉਹਨਾਂ ਦੇ ਕੋਇਨ ਜਾਂ ਫਿਰ ਜਿੰਨੇ ਵੀ ਉਹਨਾਂ ਕੋਲ ਕੋਇਨਸ ਹੁੰਦੇ ਨੇ ਉਹਨਾਂ ਦੀ ਵੈਲਿਊ ਵੱਧ ਜਾਂਦੀ ਹੈ। ਬਿਟਕੋਇਨ ਕੀ ਹੈ? ਬਿਟਕੋਇਨ ਇੱਕ ਇਲੈਕਟ੍ਰੋਨਿਕ ਕਰੰਸੀ ਹੈ, ਜਿਸ ਨੂੰ ਤੁਸੀਂ ਬਗੈਰ ਕਿਸੇ ਵੀ ਵੱਡੇ ਅਮਾਊਂਟ ਨੂੰ ਡਿਟੈਕਟ ਕਰਾਇਆ ਹੋਇਆ ਕਿਤੇ ਵੀ ਟ੍ਰਾਂਸਫਰ ਕਰ ਸਕਦੇ ਹੋ, ਇੰਟਰਨੈਸ਼ਨਲੀ ਔਰ ਨੈਸ਼ਨਲੀ ਵੀ। ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਅਵਰ ਚੈਨਲ ਸਾਹਿਤ TV।